ਉਹ ਗੰਡਾ ਵੀ ਚੀਰ ਕਸਮ। ਅਸਲਾਮ ਵਾਲੇਕਮ ਜੀ, ਅੱਜ ਚੱਲ ਰਹੀ ਹੈ ਅੱਜ ਸਾਡੇ ਸਾਰੇ ਇਹ ਸਤਾਜੀ ਕਿਹੜੀ ਬਿਰਿਆਨੀ ਪਕਾਉਣ ਲੱਗੇ ਹੋ? ਸਾਰੇ ਪਾ ਮੇਰੀ ਬਿਰਿਆਨੀ ਚਿਕਨ ਬਿਰਿਆਨੀ। ਚਿਕਨ ਬਿਰਿਆਨੀ ਠੀਕ ਹੈ ਜੀ। ਨੈਟ ਤੋਂ ਚੈੱਕ ਕਰੀਏ ਨਾਲ ਪਤਾ ਲੱਗ ਜਾਏਗਾ ਯਾਰ ਧੋਖਾ ਤਰੀਕੇ। ਹਾਂ ਨੈਟ ਤੇ ਹਰ ਸ਼ਾਇਦ ਹੁੰਦੀ ਹੈ, ਆਪਸੀ ਹੁੰਦੀ ਹੈ ਉੱਥੇ। ਪਿਆਜ਼ ਜ਼ਿਆਦਾ ਹੋ ਜਾਣਾ ਹੈ। ਮੈਂ ਪਿਆਜ਼ ਜਿੰਨਾ ਸੁਕਦਾ ਹੀ ਕਿਉਂ ਇੰਨਾ ਪਿਆਜ਼ ਪਾ ਦੇਣਾ। ਚੈੱਕ ਬੰਦ ਕਰ ਦੇ ਜੇ ਗੋਸ਼ਤ ਦੇ ਵਿੱਚ ਪਾ ਦੇ ਨੂੰ ਸਾਰਾ ਕੁਛ ਨਹੀਂ ਹੁੰਦਾ। ਉਹ ਰਲ ਫਿਰ ਕੰਮ ਆਏਗਾ ਸਾਲੇ। ਕੁਛ ਨਹੀਂ ਹੁੰਦਾ, ਕੀ ਹੋਇਆ? ਪਿਆਜ਼ ਜਿੰਨਾ ਹੋਇਆ ਉਹਨਾਂ ਥੋੜ੍ਹਾ, ਅੱਧਾ ਕਿਲੋ ਪਿਆਜ਼ ਕੱਖ ਵੀ ਨਹੀਂ ਆਇਆ ਦੋ ਕਿਲੋ ਚੋਲਾਂ ਜੇ ਕਰਮ ਆਇਆ। ਲਓ ਜਨਾਬ ਅੱਜ ਵਿਹਲੇ ਸਾਂ ਥੋੜ੍ਹਾ ਜਿਹਾ, ਅੱਜ ਬਿਰਿਆਨੀ ਚੱਲ ਰਹੀ ਅੱਜ। ਆਹ ਆਏ ਨੇ ਦੁਬਈ ਤੋਂ ਸਾਡੇ ਦੋਸਤ ਸੈਯਦ ਕਾਸਮ ਸ਼ਾਹ, ਆਏ ਅੱਜ ਸਾਨੂੰ ਕਹਿੰਦੇ ਨੇ ਬਿਰਿਆਨੀ ਪਕਾ ਕੇ ਖਵਾਵਾਂਗੇ ਤੁਹਾਨੂੰ ਅੱਜ। ਕੁੱਤਿਆਂ ਵਾਂ ਤੂੰ ਵਾਲੀ ਬਿਰਿਆਨੀ ਹੁੰਦੀ ਹੋਣੀ ਕੋਈ, ਉਹ ਪਕਾ ਖਵਾਉਣ ਲੱਗੇ ਦੁਬਈ ਤੋਂ ਸਿੱਖ ਆਏ ਨੇ। ਨਹੀਂ ਪਲਾਓ ਪਲੂ ਨੇ ਕੋਈ ਬਿਰਿਆਨੀ ਖਾਣੀ ਹੈ ਇਹਨਾਂ ਨੇ, ਪਲਾਓ ਪਲੂ ਨਹੀਂ ਖਾਂਦੇ ਬੱਚੇ। ਦੁਬਈ ਸਿੱਖ ਆਏ ਜਹਾਜ ਬਿਰਿਆਨੀ ਦੀ, ਬੜੇ ਬੜੇ ਕੁੱਕ ਨੇ ਉੱਥੇ, ਇਹ ਕਟਿੰਗ ਕਰਨ ਦੇ ਅਤੇ ਨਾ ਹੀ ਕਰਦਾ ਉਸ ਤੋਂ ਤੇਜ਼ ਅਤੇ ਇਹ ਕਟਿੰਗ ਕਰਨ ਦੇ ਨੇ। ਆਹ ਹਰਨਜਾਗ ਸਾਹਿਬ ਨੇ ਇਹ ਲੈ ਕੇ ਆਏ ਨੇ ਸਮਾਨ, ਚੋਲ ਛੋਲ ਅਤੇ ਉਰਾਂ ਪਰਾਂ ਗੋਸ਼ਤ ਗੁਸ਼ਤ। ਦੋ ਉੱਥੇ ਬੰਦੇ ਪਰਾਂ ਬੈਠੇ ਨੇ ਵਿਹਲੇ, ਉਹਨਾਂ ਨਾਲ ਕੈਮਰਾ ਮਾਰ ਜਾਂਦੇ ਹਾਂ। ਹਾਂਜੀ ਹਲੋ, ਕੀ ਗੱਲ? ਤੂੰ ਚੁੱਪ ਜਾ, ਬੜਾ ਆਵਾਜ਼ ਨਹੀਂ ਆਉਂਦੀ ਤੇਰੀ। ਪੀਲਾ ਆ ਚਮਚਾ ਪਲੇਟਾਂ ਹਾਂ, ਉਹ ਕੁਹਾੜੀ ਸਾਡੀ ਪਈ ਆ, ਬਾਲਣ ਲੈ ਕੇ ਆਏ ਆ। ਧਿਆਨੇ ਦਾ ਮੁੰਡੇ ਲਾਏ ਨੇ ਵੱਡੇ ਵਡੋ ਨੂੰ, ਇੱਕ ਨੂੰ ਉਹ ਲਾ ਦਾ ਧਿਆਨੇ ਆਖੀ ਦਾ ਵੱਡੇ ਨਹੀਂ ਆਖੀ ਦਾ ਕੱਟਣ ਮੁਰਗਾ ਧੋਰਿਆ ਸਟਾਲ ਹੋਣੇ। ਆਹ ਵੇਖੋ ਸਰਕਾਰ, ਅੱਜ ਬਿਰਿਆਨੀ ਚੱਲ ਰਹੀ ਹੈ, ਅੱਜ ਦੁਬਈ ਦੀ ਬਿਰਿਆਨੀ। ਇਹ ਨਾ ਲਾ ਇੰਨੀ ਚਰਬੀ ਨਾ ਲਾ, ਨਾ 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 ਇਹ ਇਹ ਲਈ ਹੁੰਦੀ ਬਸ, ਬਾਲ ਬੂਲ ਵੇ ਬਸ ਇਹ ਨਾ ਲਾ। ਵਿਛੜ ਗਿਆ ਮੇਰੇ ਦਿਲ ਦਾ ਜਾਨੀ। ਆ ਜੇ ਬਲਾਲ ਵਿਹਲਾ, ਇਹ ਸੁੱਤਾ ਪਿਆ ਕਟਾਈ ਕਰਕੇ ਆਇਆ ਪੌਣੇ ਦੋ ਕਿੱਲੇ, ਅੱਜ ਨੀਂਦਰ ਚੜ ਗਏ ਵਿਚਾਰੇ ਨੂੰ, ਹੱਥ 'ਤੇ ਸੱਟ ਵੱਜੀ ਹੈ। ਹਾਈ ਗੂਠਾ ਕਿਹੜਾ ਖਰਾਬ ਹੋਇਆ ਤੇਰਾ? ਹਾਂ ਉਂਗਲ ਫਾਣਾ ਬੜਾ ਕਹਿਣ ਡਿਆ, ਉਂਗਲ ਖਰਾਬ ਹੋ ਗਈ ਮੇਰੀ ਵੱਡੀ ਗਈ ਹੈ। ਮਾਮਾ ਤੂੰ ਮੂਵੀ ਬਣਾਉਣੇ ਆ? ਉਹ ਤੂੰ ਆਪਣੇ ਬਾਬਾ ਲੋਕਾਂ ਝਾੜਦਾ ਬੁਖਾਰ ਮਾਰੀ ਮੈਂ ਆ ਬੁਖਾਰ ਆ ਤੇਰਾ ਮੱਥ ਦੇਖਣਾ ਕੋ ਆ ਵੱਜੀ ਹੈ ਜੀ। ਅਤੇ ਦੋ ਤਿੰਨ ਦਿਨ ਹੋ ਗਏ ਮੁੰਡੇ ਦੀ ਉਂਗਲ ਖਰਾਬ ਹੋਈ ਹੈ, ਬੜਾ ਖੂਨ ਨਿਕਲਿਆ, ਜਿਵੇਂ ਬੱਕਰਾ ਲਾ ਕਰੀਦਾ। ਫਿਰ ਹਿੰਮਤ ਵਾਲਾ ਜਿਹੜਾ ਮਸ਼ੀਨ 'ਚ ਲਾ ਕੇ ਆਇਆ, ਪੌਣੇ ਦੋ ਕਿੱਲੇ ਵੱਢ ਕੇ ਆਇਆ। ਉਸਤਾਦ ਨੂੰ ਕੀ ਕਹਿ ਰਹੇ ਨੇ, ਨਿਕਲੀ ਕੇ ਬੋਟੀ ਕਰਨੀ ਹੈ ਕਿਤੇ ਮਰਨੀ ਆ ਲੱਗਦੀ? ਉਸਤਾਦ ਕਹਿੰਦੇ ਆ ਯਾ ਚਰਬੀ ਲਾਓ। ਉਹ ਨਹੀਂ ਇੰਨੀ ਨਾ ਚਰਬੀ ਨਾ ਦੇ ਹੁੰਦੀ ਮੁੰਡੇ ਯਾਰ, ਨਹੀਂ ਲੱਗਦੀ ਮਾੜੇ ਮਾੜੇ। ਨਹੀਂ ਨਹੀਂ ਤੁਸੀਂ ਲੁਹਾਓ ਯਾਰ, ਇਹਨੂੰ ਇਹਨੂੰ ਚੁੱਕ ਕੇ ਸੱਟੋ ਮੈਂ। ਇਹ ਦੂਜਰਾ ਉਹ ਤਾਂ ਨਹੀਂ, ਕੀ ਹੈ ਕਾ ਇਹ ਮੁੰਡਾ, ਕੀ ਉਹਦਾ ਨਾਂ ਹੈ ਮਾਲੂ? ਕੋਈ ਕੰਮ ਚੁੱਕ ਕੇ ਨਹਾਉਣਾ ਪੈਣਾ ਤੇਰੀ। ਪਤੀਲਾ ਧੋ ਰਹੇ ਨੇ ਇੱਥੇ, ਬਣਾ ਚੁੱਲ੍ਹਾ ਸਾਈਡ 'ਤੇ ਯਾਰ, ਉਹ ਨੁੱਕਰ 'ਚ। ਆਹੋ ਇੱਥੇ ਨੁੱਕਰ ਸਹੀ ਹੈ। ਇਹ ਲੱਗੇ ਨੇ ਸੈਯਦ ਰਮਜ਼ਾਨ ਸ਼ਾਹ ਚੱਕਪੁਰੀਆਂ, ਇਹ ਮਸ਼ੀਨ ਦੇ ਨਾਇਕ ਨੇ ਅੱਜ ਬਿਰਿਆਨੀ ਦੇ ਚੱਕਰਾਂ 'ਚ। ਇਹ ਕਰਮਾ ਵਾਲੇ ਬਾਲਣ ਟੁੱਕਰ ਰਹੇ ਨੇ। ਆਹ ਲੱਕੜਾਂ ਵੇਖੋ, ਇਹ ਕੁਹਾੜੀ ਬੜੀ ਤੇਜ਼ ਕੱਕ ਲਿਆ, ਇਹ ਖਾਨਦਾਨੀ ਕੁਹਾੜੀ ਹੈ, ਕੀਲੀਆ ਦੀ ਇਹ ਕੀਲੀਓ ਬਣਾਈ ਅਸੀਂ। ਇੰਜ ਇਹ ਵੀ ਲਈ ਦੇ ਨੇ ਕਰਮਾ ਵਾਲੇ, ਬੜੇ ਪੀਟੇ ਬੰਦੇ ਨੇ, ਬੜੇ ਮਿਹਨਤੀ ਕਿਸਾਨ ਨੇ। ਵੇਖੋ ਤਰੀਕੇ ਕਰ, ਵੇਖਿਆ ਜੇ ਮੋਹੇ ਟੁੱਕਣ ਦਾ, ਇਸ ਤਰ੍ਹਾਂ ਟੁੱਕੀ ਦੀਆਂ ਨੇ। ਹਾਂਜੀ ਖਾਲੂ ਜੀ, ਹਾਂਜੀ ਇਹ ਖਲੂ ਜੀ ਯਾਦਗੀਰਾਂ ਤੇਰੀਆਂ ਰਹਿਣਗੀਆਂ। ਹਾਂਜੀ ਖਲੋ, ਕੁਆਲਿਟੀ ਤੇਜ਼ ਹੈ ਕਿ ਨਹੀਂ? ਹੈ ਕੀਲਿਆਂ ਬਣਾ ਕੇ ਲਿਆ, ਬੜੀ ਦੇਰ ਦੀ ਮਸ਼ਹੂਰ ਕੁਹਾੜੀ ਹੈ ਕੀਲਿਆਂ ਦੀ। ਭਾਈ ਸਾਡੇ ਅਫਗਾਨਿਸਤਾਨ ਤੋਂ ਆ ਰਹੇ ਨੇ ਊਂਟ ਉੱਤੇ ਬਹਿ ਕੇ ਆਪਾਂ ਨੂੰ ਵਿਖਾ ਰਹੇ ਹਾਂ। ਇਹ ਮਾਸ਼ਾਅੱਲਾ ਜੀ ਇਸ ਇਲਾਕੇ 'ਚ ਊਂਟ ਦੀ ਬੜੀ ਸਵਾਰੀ ਹੈ। ਆ ਵੇਖਦੇ ਪਏ ਆ ਊਂਟ ਦੇ ਉੱਤੇ ਬਹਿ ਕੇ ਸਫ਼ਰ ਕਰਦੇ ਪਏ ਨੇ। ਇਹ ਤਕਰੀਬਨ 70 ਕਿਲੋਮੀਟਰ ਸਫ਼ਰ ਕਰਕੇ ਆਏ ਨੇ ਊਂਟ 'ਤੇ। ਇਹ ਸਾਰਾ ਰੇਗਿਸਤਾਨ ਦਾ ਇਲਾਕਾ ਜੇ, ਥਲਾਂ ਦਾ ਇਲਾਕਾ ਜੇ, ਦਰਿਆਈ ਇਲਾਕਾ ਹੈ। ਅਸੀਂ ਭਾਈ ਜਾਣਾ ਬਿਰਿਆਨੀ ਤਿਆਰ ਕਰਨ ਦੇ ਕਿਹੜੇ ਕਿਹੜੇ ਮਸਾਲੇ ਯੂਜ਼ ਹੁੰਦੇ ਨੇ?
ਸਾਰੇ ਮਸਾਲੇ ਜੀ ਨਾਂ ਦਾ ਕਿ ਦੱਸੋ ਨਾ ਸਭ ਤੋਂ ਪਹਿਲੇ ਕੀ ਦੱਸਨੇ ਆ ਬਾਈ ਪੱਕ ਲੈਣ ਦੇ ਬਿਰਿਆਨੀ ਕਹਿ ਰਹੇ ਨੇ ਸਭ ਤੋਂ ਪਹਿਲੇ ਬਿਰਿਆਨੀ ਮਸਾਲਾ ਸਮੋ ਕਾਲ ਲੋ ਅਦਰਕ अदरक उस तो बाद अदरक तीसरे नंबर पे हरी मिर्च लसन लसन प्याज सारे मसाले तकरीबन गरम मसाला तकरीबन इधर बिरयानी दे दो किलो चावलों दे कितना गोश्त इस्तेमाल करी दा दो किलो चावलों चे हाँ दो किलो पा लो तुहाडी अपनी मर्जी है हाँ जी दो किलो चावलों दे दो किलो गोश्त इस्तेमाल करते पए हां इहदे विच इस तो अलावा हरी मिर्च लाल मिर्च जीरा हल्दी इस्तेमाल होंगी है ये तकरीबन सिंधी बिरयानी बनाएंगे और जिन्हें मेरे यार दोस्त बैठे ने सब नूं खवाएंगे ये सारे इसे इंतजार विच ने बिरयानी तैयार होवे ते खाइए ये माशाल्लाह स्पेशल कुकिंग साडे बिस्मिल्लाहिर्रहमानिर्रहीम आरजू गैंग की तरफ से बाबा खलील शाह तुहानू गल करना पिया वा जनाब की हाल चाल ने सजनों बेलियो मित्रों ਤੁਹਾਨੂੰ ਅੱਜ ਵਾਹਨ ਲੱਗਿਆ ਮਾਸ਼ਾਅੱਲਾ ਜੀ ਅਸੀਂ ਆਏ ਹਾਂ ਹਾਟ ਵੈਸਟ ਲੈ ਕੇ ਸ਼ੋਰਕੋਟ ਦਾ ਇਲਾਕਾ ਹੈ ਅੱਜ ਥੋੜ੍ਹਾ ਜਿਹਾ ਅਸੀਂ ਫਾਰਗ ਸਾਂ ਯਾਰ ਦੋਸਤ ਸਾਰੇ ਡਰਾਈਵਰ ਹਜ਼ਰਾਤ ਮਾਲਕਾਨ ਹਜ਼ਰਾਤ ਇਕੱਠੇ ਹੋ ਕੇ ਬੈਠੇ ਨੇ ਅਤੇ ਸਾਡੇ ਕੋਲ ਅੱਜ ਥੋੜ੍ਹਾ ਟਾਈਮ ਸੀ ਅਸੀਂ ਆ ਕੇ ਚਲੋ ਅੱਜ ਬੱਚਿਆਂ ਨੂੰ ਬਿਰਿਆਨੀ ਬਣਾ ਕੇ ਖਵਾ ਦਈਏ ਤੁਸੀਂ ਮਾਸ਼ਾਅੱਲਾ ਬਿਰਿਆਨੀਆਂ ਪਹਿਲਾਂ ਵੀ ਬੜੀਆਂ ਖਾਧੀਆਂ ਹੋਣੀਆਂ ਨੇ ਲੇਕਿਨ ਜਿਹੜੇ ਅੱਜ ਤੁਹਾਨੂੰ ਬਿਰਿਆਨੀ ਖਾਵਾਂਗੇ ਨਾ ਭਾਈ ਜਾਣੇ ਖਾਸ ਦੁਬਈ ਤੋਂ ਕੁੱਕ ਮੰਗਵਾਇਆ ਸੀ ਮਾਸ਼ਾਅੱਲਾ ਜੀ ਬਿਰਿਆਨੀ ਜਿਹਦਾ ਨਾਂ ਹੈ ਇਹ ਖਾਸ ਆਇਆ ਦੁਬਈ ਤੋਂ ਉੱਥੇ ਪੀਜ਼ਾ ਡਿਲੀਵਰੀ ਵੀ ਕਰਦਾ ਰਿਹਾ ਅਤੇ ਖਾਣਾ ਛਾਣਾ ਵੀ ਤਿਆਰ ਕਰਦਾ ਰਿਹਾ ਇਹਦਾ ਨਾਂ ਸਈਦ ਕਾਸਮ ਅਲੀ ਸ਼ਾਹ ਇਹ ਸਮੁੰਦਰੀ ਤੋਂ ਆਇਆ ਇਹ ਸਾਡਾ ਡਰਾਈਵਰ ਜੀ ਮਾਸ਼ਾਅੱਲਾ ਸੀਨੀਅਰ ਡਰਾਈਵਰ ਹੈ ਇਹਨਾਂ ਨੇ ਕਿਹਾ ਤੁਹਾਨੂੰ ਬਾਈ ਅੱਜ ਮੈਂ ਬਿਰਿਆਨੀ ਪਕਾ ਕੇ ਖਵਾਉਣਾ ਸਾਹਮਣੇ ਤੁਹਾਡੇ ਤਿਆਰ ਹੋ ਰਹੀ ਹੈ ਮਾਸ਼ਾਅੱਲਾ ਦੇਖ ਲਓ ਇਹ ਤੁਹਾਡੀ ਅੱਖਾਂ ਦੇ ਸਾਹਮਣੇ ਤਿਆਰ ਕਰਦੇ ਪਏ ਨੇ ਇਹ ਚਿਕਨ ਵਿੱਚ ਤੁਹਾਨੂੰ ਦਿਖਾ ਰਿਹਾ ਵਾਂ ਇਹ ਮਾਸ਼ਾਅੱਲਾ ਬੜੇ ਟੇਸਟ ਨਾਲ ਬਿਰਿਆਨੀ ਬਣਦੀ ਪਈ ਹੈ ਇਹ ਜੰਗਲ ਦੇ ਵਿੱਚ ਮੰਗਲ ਬਣਾਇਆ ਮਾਸ਼ਾਅੱਲਾ ਜੀ ਸਾਰੇ ਇੱਕ ਡੇਰੇ 'ਤੇ ਬੈਠੇ ਆ ਇਕੱਠੇ ਹੋ ਕੇ ਇਹ ਪਿੰਡੋਂ ਬਾਹਰ ਬਾਹਰ ਡੇਰਾ ਦਰਿਆ ਦਾ ਇਲਾਕਾ ਹੈ ਇਹ ਹਾਜੀ ਰਮਜ਼ਾਨ ਸਾਹਿਬ ਨੇ ਕੋਟਪੁਰੀਆਂ ਤਸ਼ਰੀਫ ਲੈ ਕੇ ਆਏ ਨੇ ਇਹ 80-55 ਦੇ ਮਾਸ਼ਾਅੱਲਾ ਮਾਲਕ ਨੇ ਅਤੇ ਮਸ਼ੀਨ ਇਹਨਾਂ ਦੀ ਮਾਸ਼ਾਅੱਲਾ ਬਿਲਕੁਲ ਸੈੱਟ ਚੱਲਦੀ ਪਈ ਹੈ ਤੁਹਾਡੇ ਭਰਾਵਾਂ ਦੀ ਦੁਆਵਾਂ ਨਾਲ ਸਾਰੇ ਮੇਰੇ ਯਾਰ ਬਿਲ ਜੀ ਠੀਕ ਨੇ ਇੱਥੇ ਇਹ ਸ਼ੁਆਬ ਭਾਈ ਨੇ ਇਹਨਾਂ ਦਾ ਤਲਾਕ ਕੋਲੀ ਰੇਤ ਵਾਲੀ ਤੋਂ ਹੈ ਅਤੇ ਗੋਂਦਲ ਜੱਟ ਨੇ ਜਿਹੜਾ ਵੀ ਇਹਨਾਂ ਨਾਲ ਔਖਾ ਹੋਵੇ ਉਹਦੇ ਕੱਢ ਦਿੰਦੇ ਵੱਟ ਨੇ ਰਹਿੰਦੇ ਪਏ ਇਹ ਬਾਬਾ ਜ਼ਾਹਰ ਦੇ ਇਹ 80-70 ਦਾ ਮਾਸ਼ਾ ਡਰਾਈਵਰ ਭਰਾਈਆਂ ਤੋਂ ਤਸ਼ਰੀਫ ਲੈ ਕੇ ਆਏ ਨੇ ਇਹਦਾ ਚੈਨਲ ਬਾਬਾ ਜ਼ਾਹਰ ਨਾਂ ਤੋਂ ਚੱਲਦਾ ਪਿਆ ਉਹਦੇ ਵਿੱਚ ਮੂਵੀ ਤੁਸੀਂ ਦੇਖ ਸਕਦੇ ਹੋ ਇਹ ਇੱਧਰ ਸਾਡੇ ਜਵਾਨ ਬੈਠੇ ਨੇ ਇਹ ਮਾਸ਼ਾਅੱਲਾ 80-70 ਦੇ ਨਾਇਕ ਨੇ ਅੱਜ ਕੱਲ੍ਹ ਸਾਡੇ ਵਾਸਤੇ ਬੜੇ ਖਲਨਾਇਕ ਨੇ ਇਹ ਸਾਡਾ ਮਾਸ਼ਾਅੱਲਾ ਜੀ ਏਜੰਟ ਆਇਆ ਇਹਦਾ ਨਾਂ ਹੈ ਐਮ ਰਮਜ਼ਾਨ ਉਰਫ ਡੋਲੀ ਇਹ ਮਾਸ਼ਾਅੱਲਾ ਬੜੇ ਨਾਇਸ ਬੰਦੇ ਨੇ ਇਹ ਸਾਨੂੰ ਇਹ ਦੂਏ ਤੀਏ ਦਿਨ ਮਾਸ਼ਾਅੱਲਾ ਜੀ ਇਕੱਠਾ ਖਵਾਉਂਦੇ ਨੇ ਉਹ ਵੀ ਲਿਆ ਕੇ ਕੁੰਡ ਸਰਗਾਣਾ ਤੋਂ ਅਤੇ ਬੜਾ ਜ਼ਬਰਦਸਤ ਵਕਤ ਗੁਜ਼ਰਦਾ ਪਿਆ ਇਹ ਮੂੰਜੀ ਦੀ ਵਢਾਈ ਦਾ ਮੌਸਮ ਹੈ ਮਾਸ਼ਾਅੱਲਾ ਜੀ ਸਰਦੀ ਹੋ ਰਹੀ ਹੈ ਅਰੂਜ 'ਤੇ ਇਹ ਬਿਰਿਆਨੀ ਪੱਕ ਰਹੀ ਹੈ ਤੁਹਾਡੇ ਸਾਹਮਣੇ ਮਾਸ਼ਾਅੱਲਾ ਜੀ ਇਹ ਇਸ ਵਾਸਤੇ ਕਿ ਇਸ ਚੈਨਲ ਨੂੰ ਭਾਈਜਾਨ ਵੇਖਿਓ ਸਬਸਕ੍ਰਾਈਬ ਕਰਿਓ ਬੈਲ ਵਾਲੇ ਬਟਨ 'ਤੇ ਹੱਥ ਰੱਖ ਕੇ ਉਹਨੂੰ ਦੱਬਿਓ ਇਸ ਵਾਸਤੇ ਕਿ ਅੱਗੋਂ ਜਿਹੜੀ ਨਵੀਂ ਮੂਵੀ ਆ ਰਹੀ ਹੈ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਇਹ ਮਾਸ਼ਾਅੱਲਾ ਜੀ ਸਾਡਾ ਏਜੰਟ ਆ ਕੇ ਬਹਿ ਗਿਆ ਹਾਂਜੀ ਭਾਈਜਾਨ ਤੁਹਾਡਾ ਕਿਹੜਾ ਇਲਾਕਾ ਹੈ ਕੌਣ ਸਰਗਾਣਾ ਮਾਸ਼ਾਅੱਲਾ ਕੌਣ ਸਰਗਾਣਾ ਇੱਥੇ ਤੁਸੀਂ ਸਾਡੇ ਏਜੰਟ ਹੋ ਕੋਈ ਸਾਨੂੰ ਦੱਸੋ ਇਹਦੇ ਬਾਰੇ ਇਸ ਇਲਾਕੇ ਦੇ ਬਾਰੇ ਕੌਣ ਸਰਗਾਣਾ ਪਿੰਡ ਹੈ ਕਿ ਵੈਸੇ ਕੌਣ ਸਰਗਾਣਾ ਮੋਜ਼ਾ ਇੱਥੋਂ ਦਰਿਆ ਕਿੰਨੀ ਦੂਰ ਹੈ ਦਰਿਆ ਇੱਥੋਂ 8 ਕਿਲੋਮੀਟਰ ਹੈ ਜੀ ਭਾਈ ਕਹਿ ਰਹੇ ਨੇ ਦਰਿਆ ਇੱਥੋਂ 8 ਕਿਲੋਮੀਟਰ ਹੈ ਦਰਿਆ ਦੇ ਵਿੱਚ ਜਦੋਂ ਕਿਤੇ ਸਰਾਬ ਆਉਂਦਾ ਨਾ ਇਸ ਇਲਾਕੇ 'ਚ ਪਾਣੀ ਆ ਜਾਂਦਾ ਹੈ ਇਹ ਨਾਲ ਨਾਲ ਸਾਰੀਆਂ ਨਿੱਕੀਆਂ ਨਿੱਕੀਆਂ ਨਦੀਆਂ ਸੇਮਾਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਆ ਰਿਹਾ ਦਰਿਆ ਦਾ